ਭਾਈ ਇਧਰੋਂ ਲੈ ਆਈਓ ਹਨਾ, ਇਧਰੋਂ ਆ ਜਾਈਓ, ਹੱਕੜੀ ਜੀ ਲਾ ਦਿਓ ਨਾ, ਹੱਕੜੀ ਹੱਕੜੀ ਲਾਣਾ ਹੋਵੇ ਭਾਈ ਇੱਧਰ ਦੇਖੋ ਭਾਈ, ਰੁਕ ਜਾ ਦੋ ਮਿੰਟ ਇੱਕ ਮਿੰਟ, ਇਹ ਹੱਥ ਪਿੱਛੇ ਕਰ ਦਿਓ ਨਾ, ਪਿੱਛੇ ਕਰ ਦਿਓ ਅੱਜ ਨਵਾਂ ਸ਼ਹਿਰ ਪੁਲਿਸ ਸੀ ਏ ਸਟਾਫ ਨੇ ਕਾਫੀ ਇੱਕ ਸਫਲਤਾ ਹਾਸਲ ਕੀਤੀ, ਜਿਵੇਂ ਕਿ ਪਿੱਛੇ ਕਾਫੀ ਅਰਸੇ ਦੌਰਾਨ ਸਨੈਚਿੰਗ ਦੀਆਂ ਕਾਫੀ ਵਾਰਦਾਤਾਂ ਹੋਈਆਂ ਔਰ ਇਸ ਸੰਬੰਧ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀਗਾ 7/10/18 ਨੂੰ। ਪਰਮਿੰਦਰ ਕੌਰ ਜਿਹੜੀ ਇੱਥੇ ਨਵਾਂ ਸ਼ਹਿਰ ਦੇ ਹਰਗੋਬਿੰਦਪੁਰ ਨਗਰ ਦੇ ਰਹਿਣ ਵਾਲੇ ਸੀ, ਉਹਨਾਂ ਦੇ ਬਿਆਨ 'ਤੇ ਕੇਸ ਰਜਿਸਟਰ ਹੋਇਆ ਸੀਗਾ। ਉਹਨਾਂ ਦੇ ਪਿਸਟਲ ਪੁਆਇੰਟ ਦੇ ਉੱਤੇ ਦੋ ਨੌਜਵਾਨਾਂ ਨੇ ਉਹਨਾਂ ਦੀਆਂ ਵਾਲੀਆਂ ਜਿਹੜੀਆਂ ਸਨੈਚ ਕੀਤੀਆਂ ਸੀ, ਜਿਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਸੀ ਏ ਸਟਾਫ ਵੱਲੋਂ ਕੀਤੀ ਜਾ ਰਹੀ ਸੀ। ਔਰ ਇਸ ਦੌਰਾਨ ਇਹਦੀ ਇਨਵੈਸਟੀਗੇਸ਼ਨ ਦੌਰਾਨ ਟਿਪਸ ਦੇ ਉੱਤੇ ਰੋਸ਼ਨ ਲਾਲ ਉਰਫ ਮਨਜੀਤ ਸਿੰਘ ਸਾਨੂੰ ਧਰਮਚੰਦ ਵਾਸੀ ਤਿੱਬੀ ਮਹੱਲਾ ਪਗਵਾੜਾ ਨੂੰ ਜਿਹੜਾ ਅਰੈਸਟ ਕੀਤਾ ਗਿਆ ਔਰ ਇਹਦੇ ਨਾਲ ਇਹਦਾ ਨਾਲ ਦਾ ਸਾਥੀ ਜਿਹੜਾ ਰਵਿੰਦਰ ਸਿੰਘ ਹੈ ਉਰਫ ਰਵੀ ਉਹ ਹਲੇ ਭਗੌੜਾ। ਸੋ ਇਹਨਾਂ ਨੂੰ ਇਹਨੂੰ ਅਰੈਸਟ ਕਰਕੇ ਮਨਜੀਤ ਸਿੰਘ ਤੋਂ ਰੋਸ਼ਨ ਲਾਲ ਉਰਫ ਮਨਜੀਤ ਸਿੰਘ ਤੋਂ 32 ਬੋਰ ਦਾ ਪਿਸਤੌਲ, 3 ਕਾਰਤੂਸ, 1 ਪਲਸਰ ਮੋਟਰਸਾਈਕਲ ਜਿਹੜਾ ਕਿ ਵਾਰਦਾਤਾਂ ਦੌਰਾਨ ਵਰਤਿਆ ਗਿਆ ਸੀਗਾ ਅਤੇ ਕੁਛ ਸੋਨੇ ਦੇ ਗਹਿਣੇ ਜਿਹਦੇ ਵਿੱਚ 3 ਜੋੜੇ ਟਾਪਸ ਅਤੇ ਮਾਲੀਆਂ ਬਰਾਮਦ ਕੀਤੀਆਂ ਗਈਆਂ। ਅਤੇ ਇਸ ਤੋਂ ਮੁੱਢਲੀ ਪੁੱਛਗਿੱਛ ਤੋਂ ਜਿਹੜਾ ਸਾਡੇ ਕੋਲ ਸਾਹਮਣੇ ਇਹਨਾਂ ਰਿਵੀਲ ਕੀਤਾ, ਇਹਦੇ ਵਿੱਚ 6 ਵਾਰਦਾਤਾਂ ਜਿਹੜੀਆਂ ਨੇ ਉਹ ਜ਼ਿਲ੍ਹਾ ਨਵਾਂਸ਼ਹਿਰ ਦੇ ਨਾਲ ਸੰਬੰਧਿਤ ਨੇ, ਜਿਹੜੀਆਂ ਇਹਨਾਂ ਨੇ ਪਿੱਛੇ ਅੰਜਾਮ ਦਿੱਤਾ 6, 7 ਅਤੇ 10ਵੇਂ ਮਹੀਨੇ 18 ਦੇ ਵਿੱਚ। ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਾਫੀ ਵਾਰਦਾਤਾਂ ਕੀਤੀਆਂ ਜਿਹੜੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਕਪੂਰਥਲਾ ਦੇ ਵਿੱਚ ਕੀਤੀਆਂ ਨੇ, ਉਹਦੇ ਬਾਰੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਉਹਨਾਂ ਦੀ ਤੋਂ ਵੀ ਅਸੀਂ ਕ੍ਰੋਸ ਚੈੱਕ ਕਰ ਰਹੇ ਹਾਂ ਵਾਰਦਾਤਾਂ ਬਾਰੇ ਜਿਹੜੀਆਂ ਕਿ ਇਹਨਾਂ ਨੇ ਦੱਸਿਆ ਇਹਨਾਂ ਨੇ ਅੰਜਾਮ ਦਿੱਤਾ। ਕਿਹੜੀ ਜਗ੍ਹਾ ਦੇ ਰਹਿਣ ਵਾਲੇ ਜੀ? ਇਹ ਜਿਹੜਾ ਰਵਿੰਦਰ ਸਿੰਘ ਹੈ ਉਹ ਲੁਧਿਆਣਾ ਦਾ ਰਹਿਣ ਵਾਲਾ, ਪ੍ਰਤਾਪ ਸਿੰਘ ਵਾਲਾ ਦਾ, ਔਰ ਜਿਹੜਾ ਇਹ ਮਨਜੀਤ ਸਿੰਘ ਹੈ ਇਹ ਪੈਸੇ ਪਹਿਲਾਂ ਫਗਵਾੜਾ ਦਾ ਰਹਿਣ ਵਾਲਾ, ਲੇਕਿਨ ਹੁਣ ਅੱਜ ਕੱਲ੍ਹ ਨਵਾਂ ਪਿੰਡ ਜਲੰਧਰ ਦੇ ਵਿੱਚ ਇਹ ਕਿਰਾਏ 'ਤੇ ਕਮਰਾ ਲੈ ਕੇ ਲੈ ਰਿਹਾ ਸੀ। ਸਰ ਰੋਸ਼ਨ ਲਾਲ ਜਿਹੜਾ ਹੈਗਾ ਇਹਦੀ ਬੈਕਗ੍ਰਾਊਂਡ ਕੀ ਹੈਗੀ, ਕਿਸ ਤਰ੍ਹਾਂ ਕਿੰਨੀਆਂ ਵਾਰਦਾਤਾਂ ਨੇ ਕੀਤੀਆਂ? ਇਹ ਪੁਰਾਣਾ ਕ੍ਰਿਮੀਨਲ ਹੈ, ਇਹਦੇ ਰਿਕਾਰਡ ਦੇ ਵਿੱਚ ਬਹੁਤ ਲੰਬੀ ਲਿਸਟ ਹੈ, ਇਹ ਤਕਰੀਬਨ 31 ਵਾਰਦਾਤਾਂ ਜਿਹੜੀਆਂ ਨੇ ਆਲਰੇਡੀ ਇਹਦੇ ਨਾਂ ਦੇ ਉੱਤੇ ਕੇਸਿਸ ਰਜਿਸਟਰਡ ਨੇ, ਜਿਨ੍ਹਾਂ ਵਿੱਚੋਂ ਕੁਛ ਕੇਸਾਂ ਦੇ ਵਿੱਚ ਇਹਨੂੰ ਸਜ਼ਾ ਵੀ ਹੋ ਚੁੱਕੀ ਹੈ। ਸਰ ਇਹ ਵਾਰਦਾਤ ਜ਼ਿਆਦਾਤਰ ਕਿੱਦਾਂ ਦੀਆਂ ਵਾਰਦਾਤਾਂ ਕਰਦਾ? ਜ਼ਿਆਦਾਤਰ ਸਨੈਚਿੰਗ ਦੀਆਂ ਵਾਰਦਾਤਾਂ ਆਉਂਦੀਆਂ, ਜਿਹਦੇ ਵਿੱਚ ਇਹ ਪਿਸਟਲ ਪੁਆਇੰਟ ਦੇ ਨਾਲ ਕਿਸੇ ਸਾਥੀ ਨੂੰ ਲੈ ਕੇ ਅਤੇ ਬੋਲਡ ਸਨੈਚਿੰਗ ਦੀਆਂ ਵਾਰਦਾਤਾਂ ਜਿਹਦੇ ਵਿੱਚ ਵਾਲੀਆਂ ਜਾਂ ਚੈਨ ਸਨੈਚਿੰਗ ਵਗੈਰਾ। ਕਤਲ ਦਾ ਮੁਕੱਦਮਾ ਦਰਜ ਇਸ ਤੋਂ ਇਹਦੇ ਉੱਤੇ ਹੈਗਾ, ਇੱਕ ਕੇਸ ਮਰਡਰ ਦਾ ਵੀ ਹੈਗਾ, ਲੇਕਿਨ ਉਹਦੇ ਜਿਹੜੇ ਲੇਟੈਸਟ ਉਹਦੀ ਕੀ ਸਟੇਟਸ ਹੈ ਉਹਦੇ ਬਾਰੇ। ਜਿਹੜਾ ਰਵਿੰਦਰ ਆ ਉਹ ਕਿੰਨੇ ਸਮੇਂ ਤੋਂ ਇਹਦੇ ਨਾਲ ਜੁੜਿਆ? ਉਹ ਵੀ ਤਕਰੀਬਨ 5-6 ਸਾਲ ਤੋਂ ਇਹਦੇ ਨਾਲ। ਕਿੰਨੀਆਂ ਵਾਰਦਾਤਾਂ ਵਿੱਚ ਇਨਵੋਲਵ ਹੈਗਾ ਹੁਣ ਇਸ ਟਾਈਮ? ਜਿਹੜੀਆਂ ਨਵੇਂ ਜ਼ਿਲ੍ਹੇ ਦੀਆਂ ਵਾਰਦਾਤਾਂ 6 ਵਾਰਦਾਤਾਂ ਜਿਹੜੀਆਂ ਨੇ ਇਹਨਾਂ ਤੋਂ ਜਿਹੜੀਆਂ ਜੇਲ੍ਹ ਹੋਇਆ ਵੀ ਇਹਨਾਂ ਨੇ ਕੀਤੀਆਂ ਨੇ, ਅਤੇ ਬਾਕੀ ਕਪੂਰਥਲਾ ਅਤੇ ਹੁਸ਼ਿਆਰਪੁਰ ਦੀਆਂ ਕਾਫੀ ਵਾਰਦਾਤਾਂ। ਸਰ ਮੁਕੱਦਮਾ ਕੀ ਦਰਜ ਕੀਤਾ? FIR ਨੰਬਰ 166 ਹੈਗੀ ਆ, 7/10/18 ਦੀ ਅੰਡਰ ਸੈਕਸ਼ਨ 379(b)(34) ਥਾਣਾ ਸਿਟੀ ਨੰਬਰ।